ਆ ਖੜਾ ਬਈ ਸਾਡਾ ਸਾਰਾ ਮੋੜ ਬਿੱਲਾ ਘੁੰਮਣ ਵਾਲਾ ਜਿਹੜਾ ਕੱਲ ਕਹਿੰਦਾ ਸੀ ਵੀਡੀਓ ਜੇ ਪਾਉਂਦਾ ਸੀ ਆਇਆ ਨੀ ਆਹ ਡਿੱਕੀ ਨੇ ਅੱਧਾ ਘੰਟਾ ਹੋ ਗਿਆ ਸਹੀ 11 ਵਜੇ ਦਾ ਟਾਈਮ ਸੀ 12 ਵਜਣ ਵਾਲੇ 2 ਮਿੰਟ ਰਹਿ ਗਏ ਸਹੀ ਘੰਟਾ ਹੋ ਗਿਆ ਵੀ ਜਿਹੜੀ ਮੌੜਾਂ ਵਾਲੀ ਗੱਲ ਸੀ ਆਹ ਜੱਗਾ ਖੜਾ ਗਾ ਨਾਲ ਜਿਹਦਾ ਨਾਂ ਲੈਤਾ ਸੀ ਸੋਨੀ ਖੜਾ ਨਾਲ ਆਹ ਬਾਬਾ ਚਰਨਾ ਖੜਾ ਗਾ ਨਾਲ ਵੀ ਉਹ ਪਰਨੇ ਰਹਿ ਗਏ ਉਹ ਗਲਤ ਫਹਿਮੀ ਸਾਡੀ ਸਾਡਾ ਕੋਈ ਰੌਲਾ ਨੀ ਆਹ ਅਸੀਂ ਬਰੋਬਰ ਖੜੇ ਹਾਂ ਜੇ ਭਾਈ ਇਹਨਾਂ ਨੂੰ ਲੱਗਦਾ ਵੀ ਮੈਂ ਕੋਈ ਗਲਤੀ ਕੀਤੀ ਹੈ ਵੀਡੀਓ ਪਾ ਕੇ ਮੈਂ ਤਾਂ ਗਲਤੀ ਮੰਨ ਸਰ ਸੋਸ਼ਲ ਮੀਡੀਆ ਹਰ ਕਿਸੇ ਜ਼ਿੰਦਗੀ ਦਾ ਅਹਿਮ ਹਿੱਸਾ ਹੈ ਪਰ ਇਹ ਸੋਸ਼ਲ ਮੀਡੀਆ ਅਫਵਾਹਾਂ ਕ੍ਰੀਏਟ ਕਰ ਰਿਹਾ ਅੱਜ ਕੱਲ੍ਹ ਦੇਖੋ ਸੋਸ਼ਲ ਮੀਡੀਆ ਇੱਕ ਬਹੁਤ ਐਮਪਾਵਰਿੰਗ ਟੂਲ ਹੈ ਜਿਹੜਾ ਵੀ ਆਮ ਨਾਗਰਿਕ ਹੈਗਾ ਉਹ ਉਹਨੂੰ ਇੱਕ ਐਕਸਪ੍ਰੈਸ਼ਨ ਦਾ ਜ਼ਰੀਆ ਦਿੰਦਾ ਅਤੇ ਅੱਜ ਤੋਂ ਆਪਾਂ 10 ਸਾਲ ਪਹਿਲਾਂ 12-15 ਸਾਲ ਪਹਿਲਾਂ ਦੀ ਗੱਲ ਕਰੀਏ ਤਾਂ ਅਖਬਾਰ ਦੇ ਵਿੱਚ ਕੁਛ ਲੋਕ ਆਪਣੇ ਵਿਚਾਰ ਰੱਖ ਪਾਉਂਦੇ ਸੀਗੇ ਆਮ ਆਦਮੀ ਜੋ ਸੀਗਾ ਉਹਨੂੰ ਆਪਣੇ ਵਿਚਾਰ ਰੱਖਣ ਲਈ ਉਹਨੂੰ ਪਬਲਿਕ ਦੇ ਨਾਲ ਸਾਂਝਾ ਹੋਣ ਲਈ ਕੋਈ ਸਾਧਨ ਨਹੀਂ ਸੀਗਾ ਸੋਸ਼ਲ ਮੀਡੀਆ ਨੇ ਕੀ ਕੀਤਾ ਕਿ ਆਮ ਆਦਮੀ ਦੀ ਆਵਾਜ਼ ਪਿੰਡ ਦੇ ਬੰਦੇ ਦੀ ਆਵਾਜ਼ ਜਿਹੜਾ ਦੂਰ ਦਰਾਜ ਕੋਈ ਬੈਠਿਆ ਉਹਦੀ ਆਵਾਜ਼ ਵੀ ਲੋਕਾਂ ਤੱਕ ਪਹੁੰਚਾਈ ਹੈ ਅਤੇ ਇੱਕ ਬਹੁਤ ਅੱਛਾ ਰੈਵੋਲਿਊਸ਼ਨ ਹੈਗਾ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹੁੰਦਾ ਕਿ ਮਤਲਬ ਅਸੀਂ ਵੀ ਪੁਲਿਸ ਜਿਹੜੀ ਹੈਗੀ ਹੈ ਉਹ ਇਹਨੂੰ ਇੱਕ ਪੋਜ਼ਿਟਿਵ ਤਰੀਕੇ ਨਾਲ ਲੈਂਦੀ ਹੈ ਕਿਉਂਕਿ ਅਸੀਂ ਵੀ ਹਰ ਸੋਸ਼ਲ ਮੀਡੀਆ 'ਤੇ ਸਾਡੀ ਪ੍ਰੈਜੈਂਸ ਹੈਗੀ ਹੈ ਭਾਵੇਂ ਉਹ ਯੂਟਿਊਬ ਹੋਵੇ ਟਵਿੱਟਰ ਹੋਵੇ ਇੰਸਟਾਗ੍ਰਾਮ ਹੋਵੇ ਫੇਸਬੁੱਕ ਹੋਵੇ ਕਿਉਂਕਿ ਅਸੀਂ ਵੀ ਇਹਨੂੰ ਇੰਬਰੇਸ ਕਰਦੇ ਹਾਂ ਅਸੀਂ ਲੇਟੈਸਟ ਟੈਕਨੋਲੋਜੀ ਨੂੰ ਆਪਣੇ ਨਾਲ ਲੈ ਕੇ ਚੱਲਦੇ ਹਾਂ ਅਤੇ ਵੀ ਆਰ ਵੈਰੀ ਪੋਜ਼ਿਟਿਵ ਅਬਾਊਟ ਸੋਸ਼ਲ ਮੀਡੀਆ ਰਹੀ ਪਿਛਲੇ ਟਾਈਮ ਦੀ ਗੱਲ ਕੀਤੀ ਜਾਵੇ ਤਾਂ ਕੁਛ ਯੂਟਿਊਬਰ ਨੇ ਕੁਛ ਇਸ ਤਰ੍ਹਾਂ ਸੋਸ਼ਲ ਸਾਈਟਾਂ ਨੇ ਕਿਤੇ ਸਿਰਫ ਨੈਗੇਟਿਵਿਟੀ ਫੈਲਾਈ ਜਾਂਦੀ ਹੈ ਪਿਛਲੇ ਇੰਸੀਡੈਂਟ ਦੀ ਗੱਲ ਕਰਾਂ ਤਾਂ ਮੌੜ ਮੰਡੀ ਰਾਮਪੁਰਾ ਦੇ ਵਿੱਚ ਆ ਕੇ ਥ੍ਰੈਟ ਕਰਦੇ ਨੇ ਕਹਿੰਦੇ ਕਿ ਤੁਸੀਂ ਟਾਈਮ ਬੰਨ ਲਓ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਬਣ ਜਾਂਦਾ ਉਸ 'ਤੇ ਪੁਲਿਸ ਦੀ ਨਜ਼ਰ ਕਿਵੇਂ ਦੇਖੋ ਹਰ ਚੀਜ਼ ਦੇ ਵਿੱਚ ਪੋਜ਼ਿਟਿਵ ਅਤੇ ਨੈਗੇਟਿਵ ਆਸਪੈਕਟ ਹੁੰਦੀ ਹੈ ਇਹ ਸੋਸ਼ਲ ਮੀਡੀਆ ਦੇ ਕੁਛ ਨੈਗੇਟਿਵ ਆਸਪੈਕਟ ਵੀ ਹੈਗੇ ਕਿ ਕਈ ਲੋਕ ਜਿਹੜੇ ਹੈਗੇ ਫੇਕ ਨਿਊਜ਼ ਚਲਾਉਂਦੇ ਆ ਕਈ ਲੋਕ ਰੂਮਰ ਵਗੈਰਾ ਚਲਾਉਂਦੇ ਆ ਅਤੇ ਕਈ ਲੋਕ ਅਬੈਟਮੈਂਟ ਵੀ ਕਰਦੇ ਹੈ ਤਾਂ ਉਹਦੇ ਵਿੱਚ ਸਾਡਾ ਜਿਹੜਾ ਕਨਸੈਪਟ ਹੈਗਾ ਉਹ ਕਾਫੀ ਕਲੀਅਰ ਹੈਗਾ ਅਸੀਂ 2-way ਸਾਡੀ ਅਪਰੋਚ ਹੈਗੀ ਹੈ ਇੱਕ ਤਾਂ ਸਾਡੇ ਡਿਸਟ੍ਰਿਕਟ ਲੈਵਲ 'ਤੇ ਅਤੇ ਸਟੇਟ ਲੈਵਲ 'ਤੇ ਸੋਸ਼ਲ ਮੀਡੀਆ ਸੈੱਲ ਬਣੇ ਹੋਏ ਅਸੀਂ ਇਹਨਾਂ ਨੂੰ ਮੋਨੀਟਰਿੰਗ ਵੀ ਕਰਦੇ ਹਾਂ ਕਿਸੇ ਤਰੀਕੇ ਦਾ ਕੋਈ ਐਂਟੀ ਨੈਸ਼ਨਲ ਕੰਟੈਂਟ ਹੁੰਦਾ ਹੈ ਜਾਂ ਕੋਈ ਇਸ ਤਰੀਕੇ ਦਾ ਕੰਟੈਂਟ ਹੁੰਦਾ ਜਿਹਦਾ ਕਿ ਲੋਅ ਐਂਡ ਆਰਡਰ ਨੂੰ ਪ੍ਰਭਾਵਿਤ ਕਰ ਸਕਦਾ ਹੈ ਅਤੇ ਉਹਦੇ ਅਸੀਂ ਇਮੀਡੀਏਟਲੀ ਐਕਸ਼ਨ ਵੀ ਲੈਂਦੇ ਹਾਂ ਉਸ ਤੋਂ ਇਲਾਵਾ ਦੂਜਾ ਇਹ ਹੈਗਾ ਕਿ ਜਿਹੜੀ ਜਿੱਥੇ ਫੇਕ ਨਿਊਜ਼ ਆਉਂਦੀ ਹੈ ਫੇਕ ਨਿਊਜ਼ ਵਗੈਰਾ ਜੋ ਹੁੰਦੀ ਹੈ ਉਹਦੇ 'ਤੇ ਅਸੀਂ ਇਮੀਡੀਏਟਲੀ ਕਾਰਵਾਈ ਕਰਦੇ ਹਾਂ ਫੇਕ ਨਿਊਜ਼ ਨੂੰ ਜਿਹੜੇ ਆ ਹਟਵਾਇਆ ਵੀ ਜਾਂਦਾ ਹੈ ਅਤੇ ਜਿੱਥੇ ਜਿੱਥੇ ਸਾਨੂੰ ਲੱਗਦਾ ਹੈ ਉੱਥੇ ਲੀਗਲ ਐਕਸ਼ਨ ਵੀ ਲਿਆ ਜਾਂਦਾ ਹੈ ਤੀਜਾ ਜਿਹੜੀ ਸਾਡੀ ਪੋਜ਼ਿਟਿਵ ਉਪਲਬਧੀ ਹੁੰਦੀ ਹੈ ਉਹ ਅਸੀਂ ਸੋਸ਼ਲ ਮੀਡੀਆ ਦੇ ਰਾਹੀਂ ਦਿੰਦੇ ਹਾਂ ਚੌਥਾ ਜਿੱਥੇ ਕੋਈ ਨਿਊਜ਼ ਇਸ ਤਰੀਕੇ ਜਿਵੇਂ ਤੁਸੀਂ ਦੱਸਿਆ ਕਿ ਕੋਈ ਨਿਊਜ਼ ਆ ਗਈ ਜਿੱਥੇ ਕਿ ਸਾਡਾ ਵਰਜ਼ਨ ਨਹੀਂ ਲਿਆ ਗਿਆ ਅਤੇ ਉਹਦੇ ਵਿੱਚ ਅਸੀਂ ਇਮੀਡੀਏਟਲੀ ਪ੍ਰੋਂਪਟਲੀ 2 ਘੰਟੇ ਦੇ ਅੰਦਰ ਰਿਸਪੋਂਡ ਕਰਕੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਸਾਡਾ ਪੁਲਿਸ ਦਾ ਜਿਹੜਾ ਵਰਜ਼ਨ ਹੈ ਸਹੀ ਵਰਜ਼ਨ ਜਿਹੜਾ ਹੈਗਾ ਫੈਕਚੁਅਲ ਉਹ ਵੀ ਅਸੀਂ ਲੋਕਾਂ ਦੇ ਸਾਹਮਣੇ ਲੈ ਕੇ ਆਈ ਅਨਵੈਰੀਫਾਈਡ ਕੰਟੈਂਟ ਹੈ ਜਿਹੜਾ ਕਿ ਉਹ ਵਾਇਰਲ ਕੀਤਾ ਜਾਂਦਾ ਵਨ ਸਾਈਡ ਕੰਟੈਂਟ ਜਿਹਨੂੰ ਆਪਾਂ ਕਹਿ ਦਈਏ ਉਸ 'ਤੇ ਕਿਸ ਤਰ੍ਹਾਂ ਦਾ ਐਕਸ਼ਨ ਹੁੰਦਾ ਜੇ ਬੰਦਾ ਉਸ ਕੰਟੈਂਟ ਨੂੰ ਨਹੀਂ ਹਟਾਉਂਦਾ ਸੋਸ਼ਲ ਮੀਡੀਆ ਤੋਂ ਜਾਂ ਫਸਟ ਆਫ ਆਲ ਤੁਸੀਂ ਉਹਨੂੰ ਵਾਰਨਿੰਗ ਦਿੰਦੇ ਹੋ ਕਰਦੇ ਕਿਵੇਂ ਵਿੱਚ ਦੇਖੋ ਉਹੀ ਅਨਵੈਰੀਫਾਈਡ ਕੰਟੈਂਟ ਜਿਹੜਾ ਹੈਗਾ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹਾਂਗਾ ਕਿ ਬਈ ਇਹ ਪ੍ਰਿੰਸੀਪਲ ਆਫ ਨੈਚੁਰਲ ਜਸਟਿਸ ਇਹੀ ਹੈ ਕਿ ਹਰੇਕ ਪੱਖ ਦੀ ਗੱਲ ਸੁਣੀ ਜਾਵੇ ਜਦੋਂ ਆਪਾਂ ਕੋਈ ਵੀ ਗੱਲ ਕਹਿ ਰਹੇ ਹਾਂ ਕੋਈ ਵੀ ਯੂਟਿਊਬਰ ਹੈ ਜਾਂ ਕੋਈ ਵੀ ਸੋਸ਼ਲ ਮੀਡੀਆ 'ਤੇ ਕੋਈ ਗੱਲ ਕਹਿ ਰਿਹਾ ਤਾਂ ਉਹਦੇ ਵਿੱਚ ਜਿਹੜੀ ਰਿਸਪੋਂਸੀਬਲ ਮਹਿਕਮਾ ਹੈ ਫਿਰ ਭਾਵੇਂ ਉਹ ਪੁਲਿਸ ਹੋਵੇ ਭਾਵੇਂ ਸਿਵਲ ਮਹਿਕਮਾ ਜਾਂ ਕੋਈ ਵੀ ਮਹਿਕਮਾ ਹੈ ਉਹਦਾ ਵੀ ਪੱਖ ਸੁਣਿਆ ਜਾਵੇ ਤਾਂ ਕਿ ਲੋਕਾਂ ਨੂੰ ਇੱਕ ਬੈਲੈਂਸ ਵਿਊ ਮਿਲ ਸਕੇ ਅਤੇ ਜਿੱਥੇ ਇਹ ਨਹੀਂ ਹੋ ਪਾਉਂਦਾ ਜਿੱਥੇ ਇੱਕ ਤਰਫਾ ਨਿਊਜ਼ ਆਉਂਦੀ ਹੈ ਉਹਦੇ ਵਿੱਚ ਅਸੀਂ ਆਪਣਾ ਵਰਜ਼ਨ ਆਪਣੇ ਆਪ ਬਣਾ ਕੇ ਜੋ ਫੈਕਚੁਅਲ ਹੈਗੇ ਹੈ ਉਹ ਤਿਆਰ ਕਰਕੇ ਅਸੀਂ ਵੀ ਸੋਸ਼ਲ ਮੀਡੀਆ 'ਤੇ ਪਾਉਂਦੇ ਹਾਂ ਤਾਂ ਕਿ ਲੋਕਾਂ ਨੂੰ ਬੈਲੈਂਸ ਵਿਊ ਮਿਲੇ ਅਤੇ ਲੇਕਿਨ ਜਿੱਥੇ ਜਿੱਥੇ ਸਾਨੂੰ ਲੱਗਦਾ ਹੈ ਕਿ ਕੰਟੈਂਟ ਜਿਹੜਾ ਹੈਗਾ ਫੇਕ ਨਿਊਜ਼ ਹੈ ਜਾਂ ਜਿੱਥੇ ਲੋਅ ਦੇ ਜਿਹੜੇ ਐਂਬਿਟ ਹੈ ਉਹਦੇ ਵਿੱਚ ਇਹ ਵਾਇਲੇਸ਼ਨ ਦੇ ਵਿੱਚ ਆਉਂਦਾ ਉਹਦੇ 'ਚ ਕਾਨੂੰਨੀ ਕਾਰਵਾਈ ਵੀ ਕੀਤੀ ਜਾਂਦੀ